ਪਾਣੀ ਨਾਲ ਨੱਕੋ ਨੱਕ ਭਰੀ ਖਸਤਾ ਹਾਲਤ ਸੜਕ। ਨਾਰਾਜ਼ ਲੋਕਾਂ ਨੇ ਚਲਾਈ ਕਿਸ਼ਤੀ। ਭਾਰੀ ਮੀਂਹ ਤੋਂ ਬਾਅਦ ਨੈਸ਼ਨਲ ਹਾਈਵੇ ਤੋਂ ਤਪਾ ਨੂੰ ਆਉਂਦੀ ਖਸਤਾ ਹਾਲਤ ਸੜਕ ਤੇ ਪਾਣੀ ਭਰ ਗਿਆ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਾਣੀ ਨਾਲ ਨੱਕੋ ਨੱਕ ਭਰੀ ਸੜਕ ਨੂੰ ਪਾਰ ਕਰਨ ਲਈ ਆਖਿਰ ਲੋਕਾਂ ਨੂੰ ਕਿਸ਼ਤੀ ਦਾ ਸਹਾਰਾ ਲੈਣਾ ਪਿਆ। ਸ਼ਹਿਰ ਦੇ ਲੋਕਾਂ ਨੇ ਲੋਕ ਨਿਰਮਾਣ ਵਿਭਾਗ ਦੇ ਅੱਗੇ ਇਹ ਅਪੀਲ ਕੀਤੀ ਹੈ ਕਿ ਇਸ ਖਸਤਾ ਹਾਲਤ ਸੜਕ ਦਾ ਕੋਈ ਢੁਕਵਾਂ ਹੱਲ ਕੀਤਾ ਜਾਵੇ, ਤਾਂ ਜੋ ਬਰਸਾਤਾਂ ਦੇ ਦਿਨਾਂ ਵਿੱਚ ਉਹਨਾਂ ਨੂੰ ਅਜਿਹੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਹ ਸੜਕ ਦਾ ਇੰਨਾ ਬੁਰਾ ਹਾਲ ਹੈ ਜੀ, ਜਦੋਂ ਥੋੜ੍ਹਾ ਜਿਹਾ ਵੀ ਪਾਣੀ ਪੈਂਦਾ ਇੱਥੇ ਗੋਡੇ ਗੋਡੇ ਪਾਣੀ ਖੜ ਜਾਂਦਾ। ਇਸ ਲਈ ਇਸ ਤਰ੍ਹਾਂ ਅੱਕ ਕੇ ਇਹ ਕਿਸ਼ਤੀ ਲਿਆਉਂਦੀ ਹੈ ਜੀ, ਆਹ ਤੁਹਾਡੇ ਸਾਹਮਣੇ ਆ ਦੇ ਕਿਸ਼ਤੀ ਲਿਆਉਂਦੀ ਜੀ। ਇਸ ਤਰ੍ਹਾਂ ਹੁਣ ਇਹਦੇ ਸਾਰੇ ਅਗਲੇ ਦੂਜੇ ਪਾਸੇ ਜਾਂਦੇ ਆ, ਇਹਦੇ ਸਾਰੇ ਦੁਕਾਨ 'ਤੇ ਆਉਣੇ। ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ, ਪੀ ਡਬਲਯੂ ਡੀ ਵਾਲਿਆਂ ਨੂੰ ਸਭ ਨੂੰ ਬੇਨਤੀ ਹੈ ਵੀ ਸੜਕ ਦਾ ਕੁਛ ਕਰਿਆ ਜਾਵੇ, ਬਣਾਇਆ ਜਾਵੇ। ਅਸੀਂ ਬਹੁਤ ਪਰੇਸ਼ਾਨ।